अस्सलाम वालेकुम। असी हुण होस्टल चों ना रेडी हो रहे हैं, दोस्त आया होया वा ते इहदे नाल चलने हैं जी शाह शमस तबरेज़ दरबार ते उत्थे नाल तुहानूं तुहानूं नाल विजिट करवाउंदे हैं मुल्तान दे विच। वैसे आए हैं जे वेखणा नहीं ते फिर फायदा, चल भी रेडी हो जल्दी जल्दी। हुण असी चौधरी साहब निकल आए हैं जी होस्टल चों, होस्टल जा रहे हैं तिन्ने जणे, होस्टल दोस्त ही आ ते ਅਸੀਂ ਹੈਗੇ ਹਾਂ ਜੀ ਇਸ ਟਾਈਮ ਗੁਲਗਸ਼ਤ ਸੁਨਹਿਰੀ ਬੈਂਕ ਤੋਂ ਲਤੀਫ ਸੁਪਰ ਸਟੋਰ ਕੋਲ ਜਿਹੜੇ ਮਕਾਨ ਵਾਲੇ ਉਹਨਾਂ ਨੂੰ ਪਤਾ ਹੋਣਾ ਕਿ ਉੱਤੇ ਮੈਟਰੋ ਆ ਜੀ। ਬਾਹਰ ਆ ਕੇ ਕਿੱਥੇ ਤੇਲ ਹੁੰਦਾ ਉਹ ਤੇਲ ਤੇ ਹੱਥ ਪਤਾ ਨਹੀਂ ਕੀ ਕੀ ਮੰਨਤਾਂ ਮੰਗਦੀ ਹੁੰਦੀ ਹੈ, ਕੰਧ ਨੂੰ ਹੱਥ ਲਾ ਕੇ ਚੁੰਮਦੀ ਹੁੰਦੀ। ਉਹ ਬਹੁਤ ਕੰਮ ਹੁੰਦਾ ਉਹ ਹੀ ਚੁੰਮਦੀ ਬੰਦਾ ਵੀ ਚੁੰਮਦਾ ਕੰਮ ਨਹੀਂ। ਆਹ ਦਰਬਾਰ ਕਿਹੜਾ ਨਿਗਾਹ ਆ, ਉਹਦੇ ਕੋਈ ਪੀਰੋ ਮੁਰਸ਼ਦ ਹੋਣਾ ਬਾਈ। ਚੰਗੀ ਸਵਾਦੀ ਲੱਗੀ ਧੁੱਪ ਅੱਜ। ਇੱਧਰ ਤੇ ਨਹੀਂ ਆਇਆ ਬਾਈ, ਕਬੂਤਰ ਚੈੱਕ ਕਰੋ ਜੀ, ਉਹਦਾ ਹਜ਼ਾਰਾਂ ਤਦਾਦ 'ਚ ਕਬੂਤਰ ਆਏ ਇੱਥੇ। ਆਹ ਦਰਬਾਰ ਆ ਜੀ, ਆਹ ਕਬੂਤਰ ਪਰਲੀ ਸਾਈਡ 'ਤੇ ਹੈਗਾ, ਉਹ ਦੂਜਾ ਰਾਹ ਮੈਨੂੰ ਲੱਗਾ। ਇਧਰੋਂ ਬੰਦ ਆ ਜੀ, ਹਾਂ ਪਰ ਸਾਰਾ ਦਰਬਾਰ ਦਾ ਇਲਾਕਾ ਨਾ, ਆ ਸਾਰੀ ਬਈ ਦਰਬਾਰ ਦਾ ਦਰਬਾਰ ਜਾਣਾ। ਕਿੰਨੇ ਪਾਰਕਿੰਗ ਤਾਂ ਲਾ ਲਈ ਮੋਟਰਸਾਈਕਲ, ਆ ਕਾਫੀ ਚੜ੍ਹਾਈ ਆ ਤੇ ਆ ਕੀ ਯਾਰ ਗੋਲ ਗੋਲ ਜਿਹਾ ਜਿਹੜਾ ਸਟੇਡੀਅਮ ਆ, ਇਹ ਸਟੇਡੀਅਮ ਆ ਫੁੱਟਬਾਲ ਦਾ, ਉਹਦੇ ਲਾਗੇ ਹੀ ਆ। ਅਸੀਂ ਪੈਦਲ ਤੁਰੇ ਜਾਣੇ ਆ ਜੀ, ਮੈਂ ਜੀ ਖੁਦਾਰ ਮੈਂ ਬਟਰਾਮਾ ਵੇਖਿਆ ਵਾ, ਮੈਂ ਕਿਹਾ ਕਾਲਾ ਸੂਟ ਪਾ ਕੇ ਜਾਣਾ, ਕਾਲੀ ਚਾਦਰ ਲੈ ਕੇ ਜਾਣੀ। ਓ ਵਾ ਮੇਨ ਆ ਪਾਰਕ ਆ ਜੀ ਨਾਲ ਨਾਲ, ਮੈਨੂੰ ਤੁਹਾਡਾ ਪਤਾ ਕੋਈ ਨਹੀਂ ਗਾ, ਮੈਨੂੰ ਤੁਹਾਡਾ ਪਤਾ ਕੋਈ ਨਹੀਂ ਗਾ ਇੱਥੇ, ਨਾਲ ਦੇ ਭਾਈ ਨਹੀਂ ਪਤਾ ਵਾ। ਯਾਰ ਉਹ ਜਿੱਥੇ ਜੇ ਉਹ ਬੈਠਾ ਹੁੰਦਾ ਉਹ ਫੀਤੀ ਆ, ਉਹ ਕਿਹੜੀ ਜਗ੍ਹਾ ਵਾ।
ਸਮੁੰਦਰੀ ਦੇ ਨਾਲ ਦਰਿਆ ਹੈ ਹੀ ਨੀਗਾ, ਮਾਹੌਲ ਕਰਦੇ ਆ। ਅਸੀਂ ਤੇ ਤੁਰ ਤੁਰ ਕੇ ਜਲੀਲ ਹੋ ਚੱਲੇ ਹਾਂ। ਉਹ ਆ ਜੀ ਕਿਲ੍ਹਾ ਜਿੱਥੇ ਉਹ ਬੈਠਾ ਹੁੰਦਾ ਸੀਗਾ। ਓਏ ਅਸੀਂ ਇਸ ਪਾਰਕਿੰਗ ਤੇ ਗਏ ਸੀ ਜਿੱਥੇ ਉਹਨੇ ਖੜੇ ਨਹੀਂ ਕਰਨ ਦਿੱਤੀ ਸਾਨੂੰ। ਓ ਆ ਜੀ ਦਰਬਾਰ ਵਿੱਚ ਕਬੂਤਰ ਕਿੰਨੀ ਆ ਯਾਰ, ਕਸਮੇ ਅੱਲਾ ਜੀ ਦਸ ਫੜ ਲਈ ਜਾ ਭੁੰਨ ਕੇ ਖਾਂਦੇ ਹਾਂ ਦੇਸੀ ਕਬੂਤਰ। ਇੱਥੇ ਕੋਈ ਧਾਗਾ ਧੁਗਾ ਮਾਸਕ ਲਾ ਕਿੱਧਰ ਜਾ ਰਹੇ ਹੋ ਬਾਈ? ਇੱਧਰ ਘੁਮਾਉਂਦੇ ਫਿਰਦੇ ਆ ਜੀ ਮੇਨ ਦਰਬਾਰ। ਆ ਮੇਨ ਦਰਬਾਰ ਆ। ਆ ਜੀ ਮੇਨ ਦਰਬਾਰ ਜਿੱਥੇ ਆਪਣਾ ਡਰਾਮਾ ਸ਼ੂਟ ਹੈ ਉਹਦਾ ਹਰ ਕਿਤੇ ਮਸ਼ਹੂਰ ਹੋ ਗਿਆ ਬਾਬਾ ਜੀ ਦਾ ਦਰਬਾਰ। ਅਤੇ 9-10 ਨੂੰ 11 ਨੂੰ ਇੱਥੇ ਮੇਲਾ, ਜਿਹੜਾ ਵੱਡਾ ਮੇਲਾ ਹੁੰਦਾ ਵਾ ਉਸ ਜਿਹਨੂੰ ਕਹਿੰਦੇ ਆ। ਓਏ ਬੱਸ ਤਾਂ ਉਹ ਕਿਸ ਕਿਹੜੇ ਦਿਨ ਸੀਗਾ ਉਰਸ? ਇੱਥੇ 9-10 ਨੂੰ ਸੀ ਨਾ, 9-10 ਦਸੰਬਰ ਨੂੰ ਭਾਈ ਇੱਥੇ ਉਰਸ ਆ ਬਾਬਾ ਜੀ ਦਾ, ਅਤੇ ਆ ਸਕਦੇ ਸਾਰੇ। ਲੰਗਰ ਪਾਣੀ ਵੀ ਖੁੱਲ੍ਹਾ ਹੀ ਹੁੰਦਾ ਇੱਦਾਂ ਹੀ ਕਿ ਨਹੀਂ? ਬਹਰਹਾਲ ਅੱਜ ਬੁੱਢਾ ਲੈਣ ਗਿਆ ਸੀ, ਇਹਨੂੰ ਮਿਲਿਆ ਨਹੀਂ, ਇਹਦੀ ਕਿਸਮਤ ਮੁੱਕ ਗਿਆ। ਆ ਜੀ ਮੇਨ, ਇੱਥੇ ਜੁੱਤੀ ਜਮ੍ਹਾਂ ਕਰਾਓ। ਨਾਲ ਹੀ ਲੱਗਦੇ ਯਾਰ ਆਹ ਜੁੱਤੀਆਂ ਅਸੀਂ ਪਾ ਗਏ ਤਾਂ ਹੀ ਇੱਦਾਂ ਦੀਆਂ ਵੀ ਲਾਉਣੀਆਂ ਪੈਣੀਆਂ। ਜੁੱਤੀ ਲਾ ਦਿੱਤੀ ਆ, ਨੰਗੇ ਪਾਣੀ ਨਾਲ ਰਕਸ ਹੋ ਜੇ। ਦੇਖੋ ਜੀ ਮਾਹੌਲ, ਸੱਜੇ ਖੱਬੇ ਅਤੇ ਦੁਨੀਆ ਆਈ ਹੈਗਾ ਦਰਬਾਰ ਆਈ, ਪਾਕ ਜਗ੍ਹਾ ਅੰਜ ਵੈਸੇ। ਆ ਜੀ ਸਹਿਣ, ਕਬੂਤਰ ਆ ਇੱਥੇ ਅਤੇ ਕਬੂਤਰ ਜਿੱਥੇ ਵੀ ਨਾ ਹਜ਼ਾਰਾਂ ਦੇ ਇੰਤਜ਼ਾਰ ਦੇ ਵਿੱਚ, ਉੱਥੇ ਲੋਕ ਦਾਣੇ ਦੂਣੇ ਪਾਉਂਦੇ, ਮੈਨੂੰ ਲੱਗਦਾ ਮੰਦਾ ਮੁੰਦਾ ਮਾਰਦੇ। ਆਹ ਧਾਗੇ ਬੰਨੇ ਹੋਏ ਆ, ਆਹ ਬੜੇ ਧਾਗੇ ਛਾਪਰ ਬੰਨੇ ਹੋਏ, ਮੈਨੂੰ ਲੱਗਦਾ ਲੋਕਾਂ ਦੀਆਂ ਮੰਨਤਾਂ ਹੈ। ਅਰੇ ਲੋਕ ਕੀ ਸੋਚਦੇ ਆ, ਚਲੋ ਤੁਸੀਂ ਦੇਖ ਸਕਦੇ ਹੋਵੋਗੇ। ਆਹ ਕਬੂਤਰ ਆਏ ਦਾਣੇ ਦੂਣੇ। ਆ ਜੀ ਧੱਕੇ ਨਾਲ ਹੀ ਗਾਲ ਪਾ ਕੇ। ਆ ਜੀ ਮੇਨ ਦਰਬਾਰ ਆ, ਆ ਕਬਰ ਆ। ਆਹ ਦਰਬਾਰ ਆ ਜੀ, ਅੰਦਰੋਂ ਪੂਰਾ ਵਿਊ। ਆ ਜੀ ਮੇਨ ਕਬਰ। ਹੁਣ ਅਸੀਂ ਚੱਲੇ ਹਾਂ ਜੀ ਬਾਹਰ, ਤੈਨੂੰ ਉੱਪਰੋਂ ਵਿਖਾਈਏ ਇਹਦਾ ਇੱਕ ਰਾਂ, ਅਸੀਂ ਨਹੀਂ ਲੱਗ ਕੇ ਗਏ ਹਾਂ। ਆ ਜੀ ਮੇਨ, ਆ ਗਏ ਜੀ ਬਾਹਰ। ਉਹ ਵੀਡੀਓ ਵੀਡੀਓ ਬਣਾਉਣੀ ਹੈ ਝੱਟ, ਤਾਂ ਵੀਡੀਓ ਤਾਂ ਕਰਕੇ ਇੱਕ ਲਈਏ ਬਾਲਟੀ ਕਿੰਨੇ ਦੀ ਆ? ਵੀਡੀਓ 100 ਦੀ 100 ਦੀ ਆ ਪਾਣੀ ਯਾਰ, ਕੱਲ੍ਹ ਇੰਨਾ ਕੁ ਲਿਆਵਾਂਗੇ ਆਪਾਂ ਜਦੋਂ ਯਾਰ ਆਏ ਨਾ। ਉਹ 100 ਮੰਗਦਾ ਨਹੀਂ ਤਾਂ 20-30 ਰੁਪਏ ਦੀ ਹੁੰਦੀ ਆ, ਪੁੱਛੀਏ। ਡਰ ਗਿਆ ਮੇਰੀ
ਚਲੀ ਗਏ ਇੱਥੋਂ ਬਾਕੀ ਨਾਲ ਨਾਲ ਜਿੱਥੇ ਉਹ ਡਰਾਮੇ ਦਾ ਇਹ ਕੀ ਨਾਂ ਇਹਦਾ ਫਿਰੋਜ਼ ਖਾਂ ਫੀਦੀ ਫੀਦੀ ਉਹ ਆਂਦੇ ਕਿਤੇ ਪਰਾਂ ਹੁੰਦਾ ਵਾ ਅਸੀਂ ਇੱਕ ਅੰਦਰੋਂ ਹੋ ਤੇ ਆਏ ਹਾਂ ਲੋਕੀ ਭਾਈ ਬਹੁਤ ਖੇਖਣ ਕਰਦੇ ਆ ਅੱਲਾ ਮਾਫ ਕਰੇ ਸਭ ਨੂੰ ਹਦਾਇਤ ਦੇਵੇ ਬਸ ਅਸੀਂ ਤਾਂ ਦੁਆ ਮੰਗੀ ਆ ਜੀ ਆਲਾ ਦੁਆਲਾ ਜੀ ਲੱਗਦਾ ਮੇਨ ਕਿਤੇ ਆਹ ਦੁਨੀਆ ਜੀ ਉਹ ਵੇਖੋ ਜੀ ਚੁੰਮਣ ਡੀ ਹੈ ਕੰਧਾਂ ਆਈਆਂ ਨੂੰ ਚੁੰਮਣ ਡੀ ਹੈ ਅਰੇ ਕੀ ਹੈ ਜੀ ਲੋਜਿਕ ਦੁਨੀਆ ਦਾ ਰੱਬਾ ਹੋਣਾ ਕਰਮ ਹੀ ਕਰ ਅਤੇ ਹਦਾਇਤ ਦੇ ਅਸੀਂ ਤਾਂ ਵੀਡੀਓ ਬਣਾਉਣੀ ਸੀ ਝੱਟ ਨਾਲ ਥੋੜ੍ਹਾ ਵਿਜ਼ਿਟ ਕਰਨਾ ਘੁੰਮਣਾ ਫਿਰਨਾ ਘੁੰਮ ਫਿਰ ਲਿਆ ਹੁਣ ਕਿਤੇ ਥੋੜ੍ਹਾ ਜਿਹਾ ਹੋਰ ਥਾਂ ਆ ਵੀ ਦੇਖੋ ਜੀ ਲੋਕਾਂ ਧਾਗੇ ਬੰਨੇ ਹੋਏ ਆ ਅਰੇ ਕੀ ਕੰਸੈਪਟ ਲੋਕਾਂ ਦਾ ਆਹ ਦੋਸਤ ਆ ਜੀ ਦੁਨੀਆ ਬਹੁਤ ਖਿਖਣ ਕਰਦੀ ਹੈ ਇੱਥੇ ਆਣ ਕੇ ਅੱਲਾ ਪਾਕ ਖੈਰ ਕਰੇ ਅੱਲਾ ਪਾਕ ਹਦਾਇਤ ਦੇਣ ਵਾਲਾ ਭਾਈ ਅਸੀਂ ਕਿਸੇ ਨੂੰ ਕੀ ਕਿਹਾ ਲੜ ਸਕਦੇ ਹਾਂ ਅਸੀਂ ਕਿਸੇ ਨਾਲ ਨਾ ਜੀ ਨਾ ਬਾਹਰ ਜਾਣ ਦਾ ਰਾਸਤਾ ਤੇ ਅੜ ਦੂਆ ਟਰੈਕ ਹੈ ਅੰਦਰ ਆਉਣ ਦਾ ਜੁੱਤੀ ਪਾਈ ਹੈ ਅਤੇ ਆ ਗਏ ਭਾਈ ਬਾਹਰ ਬਹੁਤ ਰਸ਼ ਆ ਜੀ ਰਸ਼ ਇਸ ਲਈ ਜ਼ਿਆਦਾ ਵਾ ਕਿਉਂਕਿ ਦਸੰਬਰ ਅਗਲਾ ਮਹੀਨਾ ਦਸੰਬਰ ਦਾ ਵਾ ਚੜ੍ਹ ਗਿਆ ਦਸੰਬਰ ਦਾ ਮਹੀਨਾ ਚੜ੍ਹ ਗਿਆ ਵਾ ਸੋਰੀ ਅਤੇ 9-10 ਹਜ਼ਾਰਾਂ ਨੂੰ ਤਕਰੀਬਨ 9-10 ਹਜ਼ਾਰਾਂ ਨੂੰ ਉਸ ਆ ਇੱਥੇ ਮੇਨ ਜਿਹੜਾ ਹੁੰਦਾ ਨਾ ਦਰਬਾਰ ਉਹ ਆ ਮੇਲਾ ਜਿਹਨੂੰ ਕਹਿੰਦੇ ਆ ਅਸੀਂ ਪੰਜਾਬੀ ਆਹ ਹੁਣ ਉਤਰੀ ਜਾਣ ਥੱਲੇ ਚੜ੍ਹਾਈ ਉਤਰਨ ਦੀ ਆ ਜਿਹੜੇ ਚੜ੍ਹਾਈਆਂ ਬੜੀਆਂ ਆਪੇ ਡਰਨੇ ਆ ਮੋਟਰਸਾਈਕਲ ਨੂੰ ਬਸ ਨਿਊਟਰਲ ਕਰਕੇ ਤਾਂ ਲਓ ਜੀ ਤੁਸੀਂ ਜਾਣਾ ਕੋਲ ਜੇ ਆਹ ਵੇਖੋ ਭਾਈ ਇੱਥੇ ਬਹੁਤ ਦੁਨੀਆ ਵਾ ਬਹੁਤ ਮਾਹੌਲ ਆ ਮਾਹੌਲ ਵੀ ਆ ਸਾਫ਼ ਸਫਾਈ ਵੀ ਹੈਗੀ ਆ ਸਾਰਾ ਕੁਛ ਨਾਲ ਨਾਲ ਹੀ ਆ ਉਹ ਮੁਲਤਾਨ ਦਾ ਘੰਟਾ ਘਰ ਆ ਜੀ ਇੱਥੋਂ ਥੋੜ੍ਹਾ ਜਿਹਾ ਅੱਗੇ ਆ ਨਜ਼ਰ ਵੀ ਆਉਂਦਾ ਇੱਥੋਂ ਅਤੇ ਆਉਂਦੇ ਆ ਜੀ ਆਹ ਜਿਹੜਾ ਕਿਲ੍ਹਾ ਨਾ ਇਹ ਇੱਥੋਂ ਪੂਰਾ ਮੁਲਤਾਨ ਨਜ਼ਰ ਆਉਂਦਾ ਆਹ ਜਿਹੜਾ ਜਿੱਥੇ ਹੁਣ ਅਸੀਂ ਚੱਲੇ ਹਾਂ ਆਹ ਜਿਹੜਾ ਉੱਚਾ ਤਾਂ ਕਾਫੀ ਵੈਸੇ ਦੇਖੋ ਜਾਂਦੇ ਹਾਂ ਅੰਦਰ ਆਹ ਟਿਕਟਾਂ ਲਈਆਂ ਜੀ ਤਿੰਨ ਉੱਤੇ ਜਾਣ ਵਾਸਤੇ ਇਹਦੇ ਅੰਦਰ ਜਾਣੇ ਆਉਣੇ ਵਾਸਤੇ ਆਹ ਕੀ ਹੈ ਜੀ ਦੇਖੋ ਜੀ ਆਹ ਜਦੋਂ ਬਣ ਡਿਆ ਸੀ ਕਿਲ੍ਹਾ ਉਦੋਂ ਦੀ ਹੈ ਆਹ ਲੜਾਈਆਂ ਦੀ ਹੈ ਆਹ ਵੀ ਜੰਗਾਂ ਜੁੰਗਾਂ ਦੀ ਹੈ ਆਹ ਵੀ ਕੋਈ ਹੈਗੀ ਹੈ ਪਤਾ ਨਹੀਂ ਸਾਨੂੰ ਇੰਨਾ ਪਤਾ ਨਹੀਂਗਾ ਦੇਖ ਲਓ ਆਹ ਵੀ ਸਫ਼ਰ ਕਰਨ ਡੇ ਆਹ ਵੀ ਲੜਾਈਆਂ ਉੱਥੋਂ ਦੀ ਕਿਲ੍ਹੇ ਬਣਾਏ ਸੀ ਉਦੋਂ ਇਹ ਬੜਾ ਤਰੀਖੀ ਸ਼ਹਿਰ ਆ ਨਾ ਕਾਰੀਗਰ ਸ਼ਿਲਪਕਾਰ ਨਮੂਨੇ ਲੱਕੜੀ ਆਈ ਸਾਰੇ ਨੀਚੇ ਭਾਈ ਲਿਖਾ ਵੀ ਹੋਇਆ ਮੈਨੂੰ ਤਾਂ ਪਤਾ ਹੀ ਆਪ ਲਗਾ ਥੱਲੇ ਥੱਲੇ ਲਿਖਿਆ ਵੀ ਹੋਇਆ ਨਾਲ ਨਾਲ ਨਾ ਕਾਹਦੇ ਕਾਹਦੇ ਆ ਆਰੀ ਨੇ ਸਿੰਧੀਆਂ ਥੱਲੇ ਲਿਖਿਆ ਵੀ ਹੋਇਆ ਵੀ ਨਾਲ ਨਾਲ ਕੀ ਆ ਕਾਹਦਾ ਵਾ ਜੇ ਉਹ ਫਲਾਂ ਆਹ ਪਤਾ ਨਹੀਂ ਕੀ ਸੀਨ
ਐਡਾ ਤਾਂ ਪਤਾ ਕੋਈ ਨਹੀਂ ਸਾਨੂੰ सारे आगे एक साइकिल सीढ़िया उत्ते आते इतों पूरी मुल्तान नजर आता वा मेरे नाल दे बन चल गया हकी इदा ही सारा बना के रखे वा मैं आ जी अहे आ किले जी छत से आए हैं कोई स्कूल का ट्रिप ट्रुप भी दुनिया ला के आई हकी भाई मुल्तान नजर आता इतों आते ना तो सारा मुल्तान नजर आता हकी नजर आता मेरा मेरा तो रिजल्ट भी पूरा पूरा ही है देखो जी थले कबूतर किन्ने सत्तर अस्सी भुन्ने हुण सवाद ना आ जाए आ नाल दे मेरे स्पाइस स्टॉल लाके बैठा है ਥੱਲੇ ਹੀ ਨਸੇਟ ਦੀ ਇੱਥੋਂ ਪੂਰਾ ਚੋਰੀ ਦਰਬਾਰ ਦਬੂਰ ਜੇ ਉਹ ਦਰਬਾਰ ਹੋਇਆ ਇੱਕ ਉਹ ਸਾਹਮਣੇ ਵੀ ਆ ਹਾਂਜੀ ये अंकल भी व्लॉगिंग कर रहे हैं आपके सामने अंकल का यूट्यूब चैनल लगता है मुझे ऐसे ही शो के लिए आ मजदूर बंदे नु तां चढ़ाने वास्ते चेयर चूयर का इस्तेमाल करने वास्ते आ दे एंड डाल मैं शॉर्ट ऐस नहीं बनाने कि ज़्यादा लंबी फिर कोई वेंदा भी नहीं गा ना एडी वेखी जाती है पर थोड़ी जी वीडियो तो फेस सही है इस करके शॉर्ट नहीं बनाना पाया मैं आ गए हूँ अं बाहर इत्थे भाई मुख्तलिफ इत्थे भाई लोगों ने लाए हुए स्टाल वगैरह अपना वेचते लोग आते खाते पीते उन्होंने रिजक तुरिया जो विजिट कर आते फिर तुरन आते सारा काम नाल नाल ही इधरों भी लंघ सकते हैं पर अं अपने रथ में जावे बहुत रश इतने रश बहुत जो मेला होना उदो तो होर ज्यादा होना रश वाह ही है दुनिया तो ऐं पहली जगह बैठी भलूंग रहे थे अगे जगह ही नहीं है तू अगे है नहीं जगह वो उधर हैगी उतों जावे हम लंघ आगा जी जो जो तुम विजिट करवाना है
ਆ ਜੋ ਜੋ ਤੁਹਾਨੂੰ ਕਰਾਉਣਾ ਸੀ ਵਿਜ਼ਿਟ ਜੋ ਜੋ ਬਹੁਤ ਕੁਛ ਜਿੰਨਾ ਚਾਹ ਅਸੀਂ ਕਰਾ ਸਕਿਆ ਤੁਹਾਨੂੰ ਕਰਾਇਆ ਵਾ ਹੁਣ ਅੱਗੋਂ ਤੁਸੀਂ ਜਾਣਾ ਉਹ ਨੁੱਕਰ ਤੋਂ ਹੈ ਨਹੀਂ ਗਾ ਲੰਘਣ ਨੂੰ ਮੈਂ ਕਿਸੇ ਦਾ ਮਗਰ ਤੁਸੀਂ ਕਿਸੇ ਦਾ ਭਾਈ ਜੀ ਇਹਨਾਂ ਦੋਵਾਂ ਦਾ ਭਾਈਆਂ ਦਾ ਬਹੁਤ ਸ਼ੁਕਰੀਆ ਮੈਂ ਦੇਖਣਾ ਸੀ ਦਰਅਸਲ ਮੇਰਾ ਕਰਕੇ ਆਏ ਸੀ ਤਾਂ ਇੱਥੇ ਗਸ਼ਤ ਕਰਦੇ ਰਹਿੰਦੇ ਆ ਅਤੇ ਮੇਰਾ ਕਰਕੇ ਇੱਥੇ ਆਏ ਸੀਗੇ ਉਹ ਕੰਨੂ ਰੜ ਗਿਆ ਅਤੇ ਬਹੁਤ ਸ਼ੁਕਰੀਆ ਇਹਨਾਂ ਦਾ ਜਿਹਨਾਂ ਨੇ ਮੈਨੂੰ ਵਿਜ਼ਿਟ ਕਰਾ ਦਿੱਤਾ ਅਸਲਾਮ ਵਾਲੇਕੁਮ ਤੁਹਾਨੂੰ ਫੋਟੋ ਦਿਖਾਵਾਂਗੇ ਅਤੇ ਬਣਾ ਦੂੰਗੇ ਤੁਸੀਂ ਹਲਕੀ ਜਿਹੀ ਦਰਦ ਹੁੰਦੀ ਆ ਆਹ ਭਾਈ ਤੇ ਬਣਾਇਆ ਵਾ ਕੀ ਬਣਾਇਆ ਵਾ ਜੇ ਰਿਮੂਵ ਕਰਾਉਣਾ ਹੋਵੇ ਕਿੱਦਾਂ ਹੁੰਦਾ ਭਾਵੇਂ ਨਾ ਤੁਹਾਡੇ ਕੋਲ ਨਹੀਂ ਨਹੀਂ ਕਰਾਉਣਾ ਨੀਗਾ ਬਾਹਰ ਜਿੰਨਾ ਲਾ ਹੁੰਦਾ ਕਿ ਨਾ ਬਹੁਤ ਹੁੰਦਾ ਮੈਂ ਤਾਂ ਐਵੇਂ ਸ਼ੁਕਲੇ ਭਾਈ ਨੂੰ ਗਿਆ ਮੈਂ ਹਾਂ ਇੱਥੇ ਨਾ ਇਸ ਜਗ੍ਹਾ 'ਤੇ ਹਾਂਜੀ ਹਾਰਟ ਰੇਟ ਸਾਈਨ ਬਣਾਉਣਾ ਵਾ ਕਹਿੰਦਾ ਬਣ ਜੂਗਾ 200 ਰੁਪਇਆ ਲਵਾਂਗਾ ਮੈਂ ਅਸੀਂ 200 ਨਾ 3 ਦਿਨ ਕੱਢਣੇ ਹੋਸਟਲ 'ਚ ਨਹੀਂ ਮੈਂ ਅੱਲਾ ਮਾਫ਼ ਕਰ ਤੂੰ ਮੇਲੇ ਬਹੁਤ ਜਲਾ ਲਾਂ ਬਾਦ ਯਾਰ ਇਹ ਬਣਾਉਂਦੇ ਪਰ ਮੈਂ ਨਹੀਂ ਕਦੀ ਵੀ ਬਣਾਇਆ ਸਾਡੇ ਆਪ ਇਹ ਕੰਮ ਗਲਤ ਆ ਜਿਹੜਾ ਗਲਤ ਤਾਂ ਗਲਤ ਆ ਇੱਥੇ ਇੱਕ ਹੋਰ ਹੈਗਾ ਵਾ ਜਿੱਥੇ ਨਾ ਉਹ ਜਿੱਥੇ ਉਹ ਡਰਾਮੇ 'ਤੇ ਬੈਠਾ ਹੁੰਦਾ ਵਾ ਉਹ ਵੀ ਹੈਗੀ ਜਗ੍ਹਾ ਇੱਥੇ ਅਤੇ ਉਹ ਹਸਾਨਾ ਗਾਹ ਤੋਂ ਅੱਗੇ ਕਹਿ ਰਿਹਾ ਭਾਈ ਮੈਨੂੰ ਤਾਂ ਹੁਣ ਪਤਾ ਨਹੀਂ ਰਾਸਤੇ ਦਾ ਅਤੇ ਇਸ ਕਰਕੇ ਨਾ ਉੱਥੇ ਵੀ ਕਿਸੇ ਦਿਨ ਜਾਵਾਂਗੇ ਤੁਹਾਨੂੰ ਨਾਲ ਵਿਜ਼ਿਟ ਕਰਾਵਾਂਗੇ ਨਾਲ ਆਪ ਘੁੰਮਾ ਫਿਰਾਂਗੇ ਸਿਸਟਮ ਹੈਗਾ ਇੱਥੇ ਦਰਅਸਲ ਨਾ ਕਾਫੀ ਵੱਡਾ ਦਰਬਾਰ ਜਿਹਾ ਤੁਰ ਤੁਰ ਕੇ ਨਾ ਤਕਰੀਬਨ ਬਸ ਪੌਪਕੋਰਨ ਖਾਣੇ ਆ ਆਪਣੇ ਪੌਪਕੋਰਨ ਕਿੰਨੀ ਪੁੱਛਣ ਡਿਆ ਮਾਮੇ ਆ ਵੀਡੀਓ ਵਾਲਾ ਚਲਣ ਦਾ ਰੋਟੀ ਖਾਵਾਂਗੇ ਆ ਵੀ ਇੱਕ ਦਰਬਾਰ ਆ ਹੁਣ ਅਸੀਂ ਨਹੀਂ ਭਾਈ ਇੱਥੇ ਘੁੰਮਣਾ ਅੱਲਾ ਮਾਫ਼ ਕਰੇ ਦਰਬਾਰਾਂ ਦਾ ਸ਼ਿਰਕੀ ਬਹੁਤ ਨਜ਼ਰ ਆਉਂਦਾ ਅਤੇ ਅਸੀਂ ਤਾਂ ਭਾਈ ਇੱਥੇ ਐਵੇਂ ਘੁੰਮਣ ਫਿਰਨ ਆਏ ਆ ਉਹ ਚਾਦਰ ਦੀ ਚੜ੍ਹਾ ਕੇ ਤਾਂ ਐਵੇਂ ਪੈਸੇ ਮੰਗੀ ਜਾਵੇ ਚੜ੍ਹਾ ਕੇ ਪੈਸੇ ਮੰਗੀ ਜਾਂਦਾ ਸੀਗਾ ਰਿਆਨ ਦੇ ਆਸਫ ਦੇ ਗੱਲ 'ਚ ਪਾ ਦਿੱਤੀ ਉਹਨੇ ਉਹ ਭਾਈ ਦੇ ਆਸਫ ਦੇ ਗੱਲ 'ਚ ਪਾ ਦਿੱਤੀ ਆ ਕਹਿੰਦਾ ਪੈਸੇ ਦੇ ਭਾਈ ਤਾਂ ਜਾਵੇਂਗਾ ਅਸੀਂ ਮਹਾਂ ਜਾਣ ਜਿਹੜਾ ਉਹਦੇ ਕੋਲ ਜਾਣਦੇ ਭਾਈ ਅਸੀਂ ਜੀ ਇੱਥੇ ਕੀ ਆ ਬੜਾ ਰਸ਼ ਆ ਇੱਥੇ ਬਹੁਤ ਰਸ਼ ਆ ਬਈ ਓ ਹੋ ਹੋ ਚਲੀਏ ਠਾਂ ਹਾਂ ਦੇਖੋ ਜੀ ਮਾਸਕ ਥੱਲੇ ਬਹੁਤ ਪੈਸੇ ਗਿਰੇ ਹੋਏ ਆ ਗਿਰੇ ਹੋਏ ਨਹੀਂ ਛੱਡਦੀ ਜਾਵਾਂ ਵਾਹ ਓਏ 50 ਵਾਲੇ 100 ਵਾਲੇ ਤੁਹਾਨੂੰ ਕੈਮਰੇ ਨਜ਼ਰ ਆਵੇ ਜਾਂ ਨਾ ਆਵੇ ਲੇਕਿਨ ਥੱਲੇ ਮਾਹੌਲ ਹੈਗਾ ਪੈਸਿਆਂ ਵਾਲਾ ਹਾਂਜੀ ਸਭ ਠੀਕ ਬਾਜੀ ਇਸ ਨੇ ਘੰਟੇ ਤੱਕ ਕਾਲ ਕਰਨਾ ਸੀ ਨਾ ਬਾਹਰ ਹੋ ਗਿਆ ਫਿਰ ਜਾ ਕੇ ਆਪਕੋ ਜਾ ਤੋ ਆਪ ਕਾਲ ਕਰੂੰਗੀ ਮੈਂ ਕਰਤੀ ਜੀ ਇਹ ਦੇਖੇ ਪੈਸੇ ਨਜ਼ਰ ਆ ਰਹੇ ਹੋਗੇ ਆਪਕੋ ਪੈਸਾ ਪੈਸਾ ਪਹਿਲੇ ਤਾਂ ਤੁਰੰਤ ਮੈਨੂੰ ਲੱਗਾ ਪਾਣੀ ਵਾਲਾ ਹੂ ਹੂ ਆ ਪਤਾ ਲੱਗਾ ਜੀ ਪੈਸਿਆਂ ਵਾਲਾ ਹੂ ਹੂ ਆ ਆ ਵੀ ਇੱਕ ਅੰਦਰ ਜਾਣ ਵਾਲਾ ਕੋਈ ਰਾਹ ਰੂਹ ਕਲੀਆ ਵਾ ਜਾਂਦੇ ਅੰਦਰ ਜਾਣਾ ਅੰਦਰ ਭਾਈ ਜਾਣਾ ਅੰਦਰ ਬਸ ਮੈਂ ਤਾਂ ਗਿਆ ਹਾਂ ਪਹਿਲੇ ਗਿਆ ਇੱਥੇ ਹਾਂ ਤੇ ਮਾੜਾ ਜਿਹਾ ਘੁੰਮ ਕੇ ਆ ਜਾਂਦੇ ਜਾਂਦੇ ਹਾਂ ਅੰਦਰ ਫਿਰ ਵੇਹਨੇ ਕੀ ਅੰਦਰ ਮਾਹੌਲ ਆ ਖਾਲ ਕੋਈ ਮੇਰੀ ਤਲਾਸ਼ੀ ਲੈਂਦਾ ਦੂਜਿਆਂ ਦੀ ਨਹੀਂ ਲੈਂਦਾ ਅੱਜ ਇਹਨਾਂ ਦੀ ਤਲਾਸ਼ੀ ਲਈ ਮੇਰੀ ਨਹੀਂ ਲਈ ਆ ਵੀ ਇੱਕ ਹੈਗਾ ਵਾ ਦਰਬਾਰੇ ਆ ਲਈ ਆ ਦੇਖ ਲਓ ਬਈ ਇਹ ਆ ਬਹਾਵਲ ਦੀ ਚੱਕੜੀ ਆ ਬੈਠ
चलिए यार ब्लैक मंडल ये अंदर नाल दे मेरे जाते दुनिया मगर जी स्कूलों के बच्चों ला के ट्रिपल तौर से घुमा ग्राउंड भी इतनी दुनिया आई हुई है स्कूलों वाले मेरे को तुरया नहीं जाता मनु ला जाओ चक जो इतने होना ना मेला उस उदो बहुत माहौल होना रश भी होना रावगा जे आ होया तुर तुर के भाएं थक गए हूँ बैठे हैं इतने शामे पैरों पैर चल आ जी हूँ अं आ गए तुर तुर के हंब गए वैसे मैं तो थले हूँ तो थले जाके भाई मोटरसाइकिल बह के घर भाई वीडियो देखने का बहुत बहुत शुक्रिया दुआवां याद रखियो लाइक फॉलो सब कुछ कर दे एक बार आई मन रिजल्ट थोड़ा जहा खराब आ पर जो पैसे हो गए लाँगे कैमरा या